ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ ਕਹਿੰਦੇ ਨੇ ਹੈਲਥ ਇਜ਼ ਵੈਲਥ ਹੈਲਥ ਹੀ ਸਾਡੀ ਧਨ ਦੌਲਤ ਹੈ ਜੇ ਸਾਡੀ ਹੈਲਥ ਠੀਕ ਹੈ ਤਾਂ ਅਸੀਂ ਹਰ ਕੁਝ ਹਰ ਕੰਮ ਜਿਹੜਾ ਚੰਗੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਪਰ ਹੁਣ ਜਦੋਂ ਕੋਵਿਡ-19 ਨੇ ਸਾਨੂੰ ਸਿਖਾ ਦਿੱਤਾ ਹੈ ਕਿ ਸਾਨੂੰ ਸਾਡੀ ਹੈਲਥ ਦੇ ਨਾਲ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ ਇਹ ਹੁਣ ਕਹਿ ਰਹੇ ਹੈ ਕਿ ਤੁਹਾਨੂੰ ਇਮਿਊਨ ਸਿਸਟਮ ਸਟਰੋਂਗ ਰੱਖਣਾ ਚਾਹੀਦਾ ਤੁਹਾਨੂੰ ਵਧੀਆ ਖਾਣਾ ਖਾਣਾ ਚਾਹੀਦਾ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਪਰ ਨਾਲ ਨਾਲ ਤੁਹਾਨੂੰ ਸਕਿਨ ਦੀ ਵੀ ਕੇਅਰ ਕਰਨੀ ਚਾਹੀਦੀ ਹੈ ਜੇ ਅਸੀਂ ਅੰਦਰੋਂ ਆਪਣੀ ਸਿਹਤ ਨੂੰ ਵਧੀਆ ਬਣਾ ਰਹੇ ਹਾਂ ਤਾਂ ਬਾਹਰੀ ਸਿਹਤ ਵੀ ਵਧੀਆ ਹੋਣੀ ਚਾਹੀਦੀ ਹੈ ਪਰ ਬਾਹਰੀ ਸਿਹਤ ਦੇ ਨਾਲ ਜੁੜੀਆਂ ਕਈ ਬਿਮਾਰੀਆਂ ਵੀ ਹੁੰਦੀਆਂ ਨੇ ਸਕਿਨ ਦੇ ਨਾਲ ਰਿਲੇਟਿਡ ਕਈ ਤਰ੍ਹਾਂ ਦੀਆਂ ਡਿਸੀਜ਼ ਖਾਸ ਕਰਕੇ ਜੇ ਅਸੀਂ ਗਰਮੀਆਂ ਦੀ ਗੱਲ ਕਰੀਏ ਗਰਮੀਆਂ ਦੇ ਵਿੱਚ ਐਗਜ਼ੀਮਾ ਹੋ ਜਾਂਦਾ ਅਤੇ ਸਰਦੀਆਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਨੇ ਹੈਲਥ ਦੇ ਰਿਲੇਟਿਡ ਸਕਿਨ ਦੇ ਰਿਲੇਟਿਡ ਸੋ ਇਹਨਾਂ ਮੁਸ਼ਕਿਲਾਂ ਦੇ ਬਾਰੇ ਇਹਨਾਂ ਡਿਸੀਜ਼ ਦੇ ਬਾਰੇ ਅਤੇ ਕਿਸ ਤਰ੍ਹਾਂ ਉਹਦਾ ਕਿਓਰ ਕਰ ਸਕਦੇ ਹਾਂ ਇਸ ਬਾਰੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ ਅਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਮੁਰਤਜ਼ਾ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸੋ ਡਾਕਟਰ ਸਾਹਿਬ ਸਵਾਗਤ ਹੈ ਜੀ ਥੈਂਕ ਯੂ ਜੀ ਕਿਵੇਂ ਹੋ ਜੀ ਕੀ ਹਾਲ ਚਾਲ ਵਧੀਆ ਜੀ ਫਸਟ ਕਲਾਸ ਸੋ ਡਾਕਟਰ ਸਾਹਿਬ ਅੱਜ ਆਪਣੀ ਫਸਟ ਇੰਟਰਵਿਊ ਆ ਮੈਂ ਆਪਣੇ ਵਿਊਅਰਸ ਨੂੰ ਦੱਸ ਦੇਵਾਂ ਕਿ ਉਸ ਤਰ੍ਹਾਂ ਤਾਂ ਤੁਹਾਨੂੰ ਹਰ ਕੋਈ ਜਾਣਦਾ ਹੈ ਜੋ ਵੀ ਸਾਂਝਾ ਟੀਵੀ ਨੂੰ ਦੇਖਦਾ ਆ ਉਹ ਜਾਣਦਾ ਕਿ ਡਾਕਟਰ ਮੁਰਤਜ਼ਾ ਕੌਣ ਹੈ ਮੈਂ ਵੀ ਜਾਣਦੀ ਹਾਂ ਕਿ ਤੁਸੀਂ ਕੌਣ ਹੋ ਕਿਸ ਤਰ੍ਹਾਂ ਦੀ ਤੁਸੀਂ ਦਵਾਈ ਦਿੰਦੇ ਹੋ ਕਿਸ ਤਰ੍ਹਾਂ ਡਾਕਟਰ ਹੋ ਪਰ ਅੱਜ ਗੱਲਬਾਤ ਫੇਸ ਟੂ ਫੇਸ ਪਹਿਲੀ ਵਾਰ ਹੋ ਰਹੀ ਹੈ ਸੋ ਆਈ ਐਮ ਲੁਕਿੰਗ ਫੋਰਵਰਡ ਟੂ ਹੈਵ ਆਰ ਕਨਵਰਸੇਸ਼ਨ ਅਤੇ ਅੱਜ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਕੋਵਿਡ ਤੋਂ ਹਰ ਕੋਈ ਡਰਿਆ ਹੋਇਆ ਵੈਕਸੀਨ ਵੀ ਆ ਗਈ ਹੈ ਸੋ ਹੌਲੀ ਹੌਲੀ ਕੈਨੇਡਾ ਦੇ ਵਿੱਚ ਵੀ ਜਨਵਰੀ 'ਚ ਆ ਜਾਣੀ ਹੈ ਕੀ ਇਨਫੋਰਮੇਸ਼ਨ ਹੈ ਕੀ ਅਪਡੇਟ ਹੈ ਇਨਫੋਰਮੇਸ਼ਨ ਬਹੁਤ ਸਾਰੀ ਹੈ ਜਿਹੜੀ ਮੈਂ ਇੱਥੇ ਨਹੀਂ ਦੱਸ ਸਕਦਾ ਸੋ ਵੀ ਹੈਵ ਟੂ ਕੰਟੈਕਟ ਯੂ ਇਨਫੋਰਮੇਸ਼ਨ ਜਿਹੜੀ ਉਹ ਪਰਸਨਲ ਇਨਫੋਰਮੇਸ਼ਨ ਉਹ ਤਾਂ ਮੇਰੇ ਕੋਲ ਆ ਕੇ ਉੱਥੇ ਪੁੱਛ ਲੈਣਾ ਤੁਸੀਂ ਲੇਕਿਨ ਕੋਵਿਡ ਦੇ ਬਾਰੇ 'ਚ ਮੈਂ ਤੁਹਾਨੂੰ ਮੋਟੀਆਂ ਮੋਟੀਆਂ 3-4 ਗੱਲਾਂ ਬਸ ਦੱਸ ਦਿੰਦਾ 3-4 ਮਿੰਟ 'ਚ ਬਿਲਕੁਲ ਨੰਬਰ 1 ਤੇ ਕੋਵਿਡ ਤੋਂ ਪੈਨਿਕ ਨਹੀਂ ਹੋਣਾ ਪੱਕੀ ਗੱਲ ਹੈ ਕਿ ਪੈਨਿਕ ਨਹੀਂ ਹੋਣਾ ਜਿੰਨਾ ਪੈਨਿਕ ਕੀਤਾ ਹੋਇਆ ਨਾ ਸਾਨੂੰ ਓਨਾ ਤੁਸੀਂ ਪੈਨਿਕ ਹੋਣਾ ਨਹੀਂ ਹੈ ਕੋਵਿਡ ਨੂੰ ਤੁਸੀਂ ਇੱਕ ਫਲੂ ਦੇ ਤੌਰ 'ਤੇ ਲੈਣਾ ਅਤੇ ਜੇ ਨਹੀਂ ਯਕੀਨ ਆਉਂਦਾ ਤਾਂ ਮੇਰੇ ਕੋਲ ਆ ਜਾਣਾ ਮੈਂ ਤੁਹਾਨੂੰ ਯਕੀਨ ਦਵਾ ਦਿਆਂਗਾ ਉੱਥੇ ਦੂਸਰੀ ਗੱਲ ਸਪੋਜ਼ ਤੁਸੀਂ ਬਾਹਰ ਫਿਰਦੇ ਹੋ ਤੁਸੀਂ ਕੰਮ ਕਰਦੇ ਹੋ ਤੁਸੀਂ ਲੋਕਾਂ ਨੂੰ ਟੱਚ ਕਰਕੇ ਆਉਂਦੇ ਹੋ ਘਰ ਆਉਂਦੇ ਹੋ ਬੜੀਆਂ ਜਗ੍ਹਾ 'ਤੇ ਸਕਿਨ ਲੱਗ ਜਾਂਦੀ ਤੁਹਾਡੀ ਤੁਸੀਂ ਐਕਸਪੋਜ਼ਰ ਵੀ ਹੋ ਜਾਂਦਾ ਕਈ ਦਫ਼ਾ ਅਤੇ ਡਰਨਾ ਨਹੀਂ ਘਰ ਆ ਕੇ ਇੱਕ ਛੋਟਾ ਜਿਹਾ ਕੰਮ ਕਰ ਲਿਆ ਕਰੋ ਰੋਜ਼ ਮੇਰੇ ਕਹਿਣ 'ਤੇ ਮੇਰੀ ਐਡਵਾਈਸ ਮੰਨ ਕੇ ਇਹਨੂੰ ਕਰ ਲਓ ਤੁਸੀਂ ਸਮਝੋ ਇਹਦੇ ਨਾਲ ਤੁਹਾਨੂੰ ਫਰਕ ਪਵੇ ਜਾਂ ਨਾ ਪਵੇ ਤੁਸੀਂ ਮੇਰੀ ਐਡਵਾਈਸ 'ਤੇ ਇਹ ਕੰਮ ਕਰ ਲਿਆ ਕਰੋ ਹੁਣ ਫਰਵਰੀ ਤੋਂ ਹੁਣ ਤੱਕ ਆਲਮੋਸਟ 7-8 ਮਹੀਨੇ ਹੋ ਗਏ ਨੇ ਕੋਵਿਡ ਆਏ ਨੂੰ ਬਲਕਿ ਜ਼ਿਆਦਾ ਹੀ ਹੋ ਗਏ ਨੇ ਅਤੇ ਇਸ ਐਡਵਾਈਸ ਦਾ ਮੈਨੂੰ ਅਤੇ ਮੇਰੇ ਸਾਰੇ ਪੇਸ਼ੈਂਟਸ ਨੂੰ ਬਹੁਤ ਫਾਇਦਾ ਹੋਇਆ ਉਹਨਾਂ ਦੇ ਘਰ ਦੇ ਬਾਹਰ ਕੋਵਿਡ ਆਉਂਦਾ ਹੈ ਬੈਲ ਦਿੰਦਾ ਬਾਹਰ ਚਲਾ ਜਾਂਦਾ ਐਡਵਾਈਸ ਇਹ ਤੁਹਾਡੀ ਬਹੁਤ ਖਾਸੀਅਤ ਹੈਗੀ ਹੈ ਕਿ ਤੁਸੀਂ ਮੈਂ ਬਹੁਤ ਵਾਰ ਸੁਣਿਆ ਆ ਤੁਹਾਨੂੰ ਇਹ ਕਹਿੰਦੇ ਆ ਕਿ ਜੇ ਕੋਈ ਅਫੋਰਡ ਨਹੀਂ ਕਰਦਾ ਤਾਂ ਮੈਂ ਫਰੀ ਐਡਵਾਈਸ ਵੀ ਦੇਣਾ ਫਰੀ ਤੁਸੀਂ ਮੈਨੂੰ ਤੋਂ ਕੋਈ ਵੀ ਦਵਾਈ ਪੁੱਛ ਸਕਦੇ ਆ ਕਿਸੇ ਵੀ ਡਿਸੀਜ਼ ਦੀ ਸੋ ਬਹੁਤ ਵਧੀਆ ਤੁਹਾਡੀ ਇੱਕ ਖਾਸ ਗੱਲ ਹੈ ਅਤੇ ਹੁਣ ਇਹ ਖਾਸ ਗੱਲ ਤੁਸੀਂ ਦੱਸ ਰਹੇ ਹੋ ਕੋਵਿਡ ਦੇ ਲਈ ਸੋ ਅਸੀਂ ਪੈਨ ਅਤੇ ਪੇਪਰ ਰੈਡੀ ਕਰ ਲਈਏ ਲਿਖਣ ਦੇ ਲਈ ਰਿਕਾਰਡ ਹੋ ਜਾਣਾ ਤੁਹਾਡੇ ਕੋਲ ਤੁਹਾਨੂੰ ਲਿਖਣ ਦੀ ਜ਼ਰੂਰਤ ਹੀ ਨਹੀਂ ਜੀ ਜੀ ਉਹ ਬੜੀ ਸਿੰਪਲ ਆਸਾਨ ਔਰ ਸੌਫਟ ਔਰ ਹਰ ਘਰ 'ਚ ਅਵੇਲੇਬਲ ਚੀਜ਼ ਹੈ ਜੀ ਇੱਕ ਗ੍ਰੀਨ ਟੀ ਬਣਾਇਆ ਕਰੋ ਘਰ ਜਾ ਕੇ ਰੋਜ਼ ਸਾਰੇ ਘਰ ਵਾਲਿਆਂ ਲਈ ਪਾਣੀ ਚੜ੍ਹਾਤਾ ਪੰਜ ਫਰਦ ਨੇ ਘਰ ਦੇ ਪੰਜ ਆਕੂਪੈਂਟਸ ਨੇ ਅਤੇ 5 ਕੱਪ ਰੱਖ ਲਏ ਕੋਈ ਬੱਚਾ ਤਾਂ ਉਹਨੂੰ ਵੀ ਇੰਨੀ ਪਿਲਾ ਤੀ ਇੱਕ ਗ੍ਰੀਨ ਟੀ ਪੀਣੀ ਹੈ ਤੁਸੀਂ ਰੋਜ਼ ਰਾਤ ਨੂੰ ਘਰ ਜਾ ਕੇ ਜਿੰਨੇ ਮਰਜ਼ੀ ਕਰੋਨਾ ਨੂੰ ਟੱਚ ਕਰਕੇ ਆਇਓ ਇੰਬਰੇਸ ਕਰਕੇ ਆਇਓ ਘਰ ਜਾ ਕੇ ਉਹ ਗ੍ਰੀਨ ਟੀ ਪੀ ਲਓ ਉਹਦੇ 'ਚ 3 ਚੀਜ਼ਾਂ ਮਸਟ ਹੋਣੀਆਂ ਚਾਹੀਦੀਆਂ ਬਾਕੀ ਜੋ ਤੁਹਾਡਾ ਦਿਲ ਕਰੇ ਪਾ ਲਓ ਉਹਨੂੰ ਬਿਊਟੀਫਾਈ ਕਰਨ ਲਈ ਨੰਬਰ 1 ਅਜਵਾਇਨ ਇੰਨੀ ਕੁ ਅਜਵਾਇਨ 1 ਕੱਪ ਲਈ ਇੰਨੀ ਕੁ ਕਲਵੰਜੀ ਔਰ ਇੰਨਾ ਕੁ ਮੇਥੀ ਦਾਣਾ ਤੁਸੀਂ ਇਨਹਾਂਸ ਵੀ ਕਰ ਸਕਦੇ ਹੋ ਜ਼ਿਆਦਾ ਵੀ ਪਾ ਸਕਦੇ ਹੋ ਅਜਵਾਇਨ ਕਲਵੰਜੀ ਮੇਥੀ ਦਾਣਾ ਉਸ ਤੋਂ ਐਕਸਟਰਾ ਤੁਸੀਂ ਹਲਦੀ ਪਾਣੀ ਹੈ ਵਟ ਐਵਰ ਯੂ ਵਾਂਟ ਪੁੱਟ ਇਨ ਟੂ ਯੂਅਰ ਕੱਪ ਆਫ ਟੀ ਉਹ ਪਾ ਕੇ ਉਹਨੂੰ ਬੋਇਲ ਕਰ ਲਓ ਚੰਗੀ ਤਰ੍ਹਾਂ ਉਹਦੇ 'ਚ ਸ਼ਹਿਦ ਪਾਓ ਸ਼ੱਕਰ ਪਾਓ ਚੀਨੀ ਮੈਂ ਨਹੀਂ ਕਹਿੰਦਾ ਸ਼ੱਕਰ ਪਾਓ ਗੁੜ ਪਾਓ ਜੋ ਤੁਹਾਡਾ ਦਿਲ ਕਰਦਾ ਉਹ ਪਾ ਕੇ ਅਤੇ ਉਹ ਮਜ਼ੇ ਲੈ ਕੇ ਖਾਣਾ ਖਾ ਕੇ ਰਾਤ ਨੂੰ ਉਹ ਇੱਕ ਕੱਪ ਛੋਟਾ ਜਿਹਾ ਇੰਨਾ 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 ਜਿੰਨਾ ਤੁਹਾਡਾ ਦਿਲ ਕਰੇ ਉਹ ਇੱਕ ਕੱਪ ਮੇਰੇ ਕਹਿਣ 'ਤੇ ਤੁਸੀਂ ਪੀਂਦੇ ਰਹੋ ਜਿੰਨੀ ਦੇਰ ਤੱਕ ਕਰੋਨਾ ਦੁਨੀਆ ਤੋਂ ਉੱਠ ਨਹੀਂ ਜਾਂਦਾ ਤੁਹਾਨੂੰ ਕੁਛ ਨਹੀਂ ਹੁੰਦਾ ਦੈਟਸ ਨਾਈਸ ਕਿਉਂਕਿ ਜੇ ਕਲੌਂਜੀ ਦੀ ਗੱਲ ਕਰੀਏ ਮੇਥੀ ਦਾਣੇ ਦੀ ਗੱਲ ਕਰੀਏ ਅਚਾਰ ਅਸੀਂ ਸਾਰੇ ਬਣਾਉਂਦੇ ਹਾਂ ਅਤੇ ਸਾਡੇ ਘਰ ਹੁੰਦਾ ਆ ਫੋਰ ਸ਼ੋਰ ਅਤੇ ਈਜ਼ੀਲੀ ਅਵੇਲੇਬਲ ਹੈਗਾ ਅਤੇ ਅਜਵਾਇਨ ਵੀ ਸੋ ਇਹ ਤਿੰਨੇ ਚੀਜ਼ਾਂ ਤੁਸੀਂ ਜਿਹੜੀਆਂ ਬੋਇਲ ਕਰਕੇ
ਤੇ ਤੁਸੀਂ ਗ੍ਰੀਨ ਟੀ ਪੀ ਸਕਦੇ ਹਾਂ ਸੋ ਆਲ ਟਰਾਈ ਫਰੋਮ ਟੂਡੇ ਤੇ ਮੈਂ ਸਾਰੇ ਵਿਊਅਰਸ ਨੂੰ ਵੀ ਕਹਿੰਦੀ ਹਾਂ ਕਿ ਟਰਾਈ ਜ਼ਰੂਰ ਕਰੀਓ ਕਿਉਂਕਿ ਇਹ ਬਹੁਤ ਸੌਖਾ ਆ ਔਖਾ ਬਿਲਕੁਲ ਵੀ ਨਹੀਂ ਹੈਗਾ ਸੋ ਥੈਂਕ ਯੂ ਸੋ ਮੱਚ ਫੋਰ ਯੂਰ ਐਡਵਾਈਸ ਦੇ ਨਾਲ ਨਾਲ ਹੁਣ ਜਿਵੇਂ ਮੈਂ ਪ੍ਰੋਗਰਾਮ ਦੇ ਸਟਾਰਟ ਦੇ ਵਿੱਚ ਕਿਹਾ ਸੀ ਕਿ ਸਕਿਨ ਨੂੰ ਲੈ ਕੇ ਬਹੁਤ ਸਾਰੀਆਂ ਡਿਸੀਜ਼ ਹੁੰਦੀਆਂ ਡਾਕਟਰ ਸਾਹਿਬ ਜਿੱਦਾਂ ਹੁਣ ਵਿੰਟਰ ਆ ਰਹੀ ਹੈਗੀ ਆ ਵਿੰਟਰ ਦੇ ਵਿੱਚ ਵੀ ਸਭ ਤੋਂ ਵੱਡੀ ਪ੍ਰੋਬਲਮ ਕਈ ਵਾਰ ਤਾਂ ਡਰਾਈਨੈਸ ਦੀ ਆ ਜਾਂਦੀ ਹੈ ਕਿ ਤੁਹਾਡੀ ਸਕਿਨ ਡਰਾਈ ਹੋ ਜਾਂਦੀ ਹੈ ਤੇ ਜਿਹਨਾਂ ਨੂੰ ਡਿਸੀਜ਼ ਹੁੰਦੀ ਹੈ ਜਿਵੇਂ ਐਗਜ਼ੀਮਾ ਹੁੰਦਾ ਆ ਉਹਨਾਂ ਦੀਆਂ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਕੀ ਕਾਰਨ ਨੇ ਕਿ ਸਕਿਨ ਦੇ ਨਾਲ ਰਿਲੇਟਡ ਇੱਦਾਂ ਦੀਆਂ ਡਿਸੀਜ਼ ਹੁੰਦੀਆਂ ਸਕਿਨ ਦਾ ਮੋਸਟਲੀ ਜਿਹੜਾ ਰਿਲੇਸ਼ਨ ਹੈ ਉਹ ਦੋ ਤਿੰਨ ਚੀਜ਼ਾਂ ਨਾਲ ਹੈ ਜਿਹੜਾ 80% ਪਲੱਸ ਰਿਲੇਸ਼ਨ ਹੈ ਉਹ ਤੁਹਾਡੇ ਵਾਟਰ ਇਨਟੇਕ ਨਾਲ ਹੈ ਸਕਿਨ ਉਦੋਂ ਡਰਾਈ ਹੁੰਦੀ ਹੈ ਜਾਂ ਉਦੋਂ ਸਕਿਨ ਦੇ ਇਸ਼ੂਜ ਸ਼ੁਰੂ ਹੁੰਦੇ ਨੇ ਜਦੋਂ ਤੁਹਾਡੀ ਸਕਿਨ ਡੀਹਾਈਡਰੇਟ ਹੋ ਜਾਂਦੀ ਹੈ ਹਾਈਡਰੇਟ ਨਹੀਂ ਹੁੰਦੀ ਸਕਿਨ ਅਗਰ ਤੁਸੀਂ ਕਿਸੇ ਦੀ ਦੇਖਣੀ ਹੈ ਨਾ ਕਿ ਇਹ ਸ਼ਖਸ ਦੀ ਵਾਟਰ ਇਨਟੇਕ ਕਿੰਨੀ ਹੈ ਤੇ ਉਹਦਾ ਹੱਥ ਇੰਚ ਕਰਕੇ ਦੇਖ ਲਓ ਮੇਰਾ ਹੱਥ ਚਮਕ ਰਿਹਾ ਲੱਗ ਰਿਹਾ ਕੋਈ ਲੋਸ਼ਨ ਨਹੀਂ ਲੱਗਿਆ ਕੋਈ ਕਰੀਮ ਨਹੀਂ ਲਗਾਈ ਇਸ ਹੱਥ ਤੇ ਸਿਰਫ ਪਾਣੀ ਜ਼ਿਆਦਾ ਹੈ ਇਹਦੇ ਅੰਦਰ ਹਾਈਡਰੇਸ਼ਨ ਹੋਈ ਹੋਈ ਹੈ ਡੀਹਾਈਡਰੇਟਡ ਨਹੀਂ ਹੈ ਸਕਿਨ ਜਿਹਦੀ ਸਕਿਨ ਡੀਹਾਈਡਰੇਟਡ ਹੋਏਗੀ ਪਾਣੀ ਘੱਟ ਪੀਂਦਾ ਹੋਏਗਾ ਉਹ ਰਫ ਹੋਏਗੀ ਡਰਾਈ ਹੋਏਗੀ ਤੁਹਾਨੂੰ ਉੱਪਰੋਂ ਥੋੜ੍ਹਾ ਥੋੜ੍ਹਾ ਵਾਈਟਨਿੰਗ ਸੀ ਨਜ਼ਰ ਆਏਗੀ ਉਹਦੇ 'ਤੇ ਫਿਰ ਲੋਸ਼ਨ ਲਾਉਂਦੇ ਹੋ ਲੋਸ਼ਨ ਲਾ ਕੇ ਤੁਸੀਂ ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ ਹੋ ਐਕਚੁਅਲੀ ਅੰਦਰੋਂ ਤੁਸੀਂ ਕੁਛ ਨਹੀਂ ਕਰ ਰਹੇ ਅੰਦਰ ਹੈ ਤੁਹਾਡੇ ਵਾਟਰ ਇਨਟੇਕ 70% ਤੁਹਾਡੀ ਰਿਕੁਆਇਰਮੈਂਟ ਜਿਹੜੀ ਵਾਟਰ ਦੀ ਹੈ ਉਹ ਤੁਸੀਂ ਪੂਰੀ ਨਹੀਂ ਕਰਦੇ ਅਤੇ ਸਕਿਨ ਵੀ ਉਸਤੋਂ ਹੀ ਵਾਟਰ ਲੈਂਦੀ ਜਿੱਥੋਂ ਬਾਕੀ ਔਰਗਨਸ ਲੈਂਦੇ ਨੇ ਅਤੇ ਜਦੋਂ ਤੁਹਾਡਾ ਵਾਟਰ ਪੂਰਾ ਨਹੀਂ ਹੋਏਗਾ ਤੁਹਾਡੀ ਸਕਿਨ ਡਰਾਈ ਰਹੇਗੀ ਇਹ ਤਾਂ ਹੋ ਗਿਆ ਸਰਦੀਆਂ 'ਚ ਗਰਮੀਆਂ 'ਚ ਅਸੀਂ ਵਾਟਰ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਕਰ ਲੈਂਦੇ ਹਾਂ ਜਾਂ ਨਜ਼ਦੀਕ ਕਰੀਬ ਕਰੀਬ ਪਹੁੰਚ ਜਾਂਦੇ ਤਾਂ ਸਰਦੀਆਂ 'ਚ ਇਸ ਲਈ ਸਾਨੂੰ ਫੀਲ ਨਹੀਂ ਹੁੰਦਾ ਗਰਮੀਆਂ 'ਚ ਸੋਰੀ ਸਰਦੀਆਂ 'ਚ ਅਸੀਂ ਵਾਟਰ ਘੱਟ ਲੈਂਦੇ ਅਤੇ ਬਾਹਰੋਂ ਵੀ ਮੋਇਸਚਰ ਘੱਟ ਹੋ ਜਾਂਦਾ ਉਹ ਹੋਰ ਤਰ੍ਹਾਂ ਦੀ ਠੰਡ ਹੁੰਦੀ ਹੈ ਉਸ ਡਰਾਈ ਕਰਦੀ ਹੈ ਚੀਜ਼ਾਂ ਨੂੰ ਅੰਦਰੋਂ ਵੀ ਵਾਟਰ ਘੱਟ ਤੇ ਉਹ ਫਿਰ ਉਹ ਸਰਦੀਆਂ 'ਚ ਸਾਨੂੰ ਜ਼ਿਆਦਾ ਫੀਲਿੰਗ ਹੁੰਦੀ ਸਰਦੀਆਂ ਦੇ ਵਿੱਚ ਹੀਟ ਸਿਸਟਮ ਹੁੰਦਾ ਅਸੀਂ ਘਰ ਦੇ ਵਿੱਚ ਰਹਿੰਦੇ ਹਾਂ ਉਹ ਵੀ ਤੁਹਾਡੀ ਸਕਿਨ ਨੂੰ ਡਰਾਈ ਕਰਦੀ ਹੈ ਤੁਹਾਡੀ ਬਾਡੀ ਤੋਂ ਜੀ ਤੇ ਇਹਦੇ ਲਈ ਇਹ ਤਾਂ ਹੈ ਵੀ ਉਹਦੀ ਪਹਿਲੀ ਚੀਜ਼ ਦੂਸਰੀ ਸਕਿਨ ਨੂੰ ਜਿਹੜੀ ਇਫੈਕਟ ਕਰਦੀ ਹੈ ਉਹ ਹੈ ਕੋਲਾਜਨ ਇੱਕ ਕੋਐਂਜ਼ਾਈਮ ਹੈ ਕੋਲਾਜਨ ਸੁਣਿਆ ਹੋਣਾ ਤੁਸੀਂ ਉਹ ਇੱਕ ਕੋਐਂਜ਼ਾਈਮ ਹੈ ਜਿਹੜਾ ਸਕਿਨ ਹੇਅਰ ਔਰ ਨੇਲਸ 'ਚ ਹੁੰਦਾ ਉਹ ਤੁਹਾਡੀ ਹੱਡੀਆਂ ਦਾ ਮੈਟਾਬੋਲਿਜ਼ਮ ਵੀ ਕਰਦਾ ਤੁਹਾਡੀ ਡਾਈਜੈਸਟਰ ਸਿਸਟਮ ਦੇ ਮੈਟਾਬੋਲਿਜ਼ਮ ਨੂੰ ਵੀ ਇਨਹਾਂਸ ਕਰਦਾ ਬਹੁਤ ਸਾਰੇ ਕੰਮ ਕਰਦਾ ਜਦੋਂ ਤੁਸੀਂ ਦੇਖੋ ਕਿਸੇ ਬੰਦੇ 'ਤੇ ਝੁਰੀਆਂ ਪੈਣੀਆਂ ਸ਼ੁਰੂ ਹੋ ਗਈਆਂ ਨਾ ਤੁਸੀਂ ਸਮਝ ਲਓ ਉਹਦਾ ਕੋਲਾਜਨ ਘੱਟ ਹੋ ਗਿਆ ਕਿਸੇ ਦੀ ਸਕਿਨ ਡਰਾਈ ਹੋਣਾ ਸ਼ੁਰੂ ਹੋ ਗਈ ਵਾਟਰ ਤੋਂ ਬਾਅਦ ਦੂਸਰੀ ਚੀਜ਼ ਸਮਝੋ ਉਹਦਾ ਕੋਲਾਜਨ ਘੱਟ ਹੋ ਗਿਆ ਕਿਸੇ ਨੂੰ ਹੱਡੀਆਂ ਦੀ ਦਰਦ ਹੋ ਰਹੀ ਤੁਸੀਂ ਇੱਥੇ ਦਬਾ ਕੇ ਦੇਖਿਆ ਉਹਨੂੰ ਦਰਦ ਹੋਈ ਇੰਝ ਕਰਕੇ ਕੀਤਾ ਉਹਦਾ ਕੋਲਾਜਨ ਘੱਟ ਹੋ ਗਿਆ ਉਹ ਕੋਲਾਜਨ ਉਹ ਮੈਟਾਬੋਲਾਈਜ਼ ਨਹੀਂ ਕਰ ਰਿਹਾ ਐਨਰਜੀ ਨੂੰ ਜਿਹੜੀ ਹੱਡੀਆਂ 'ਚ ਜ਼ਰੂਰਤ ਹੈ ਕਿਸੇ ਦੇ ਡਾਈਜੈਸਟਿਵ ਸਿਸਟਮ ਡਿਸਟਰਬ ਹੋ ਰਿਹਾ ਲੋਕਾਂ ਨੂੰ ਪਤਾ ਹੀ ਨਹੀਂ ਲੋਕ ਕਹਿੰਦੇ ਨੇ ਕਿ ਪਤਾ ਨਹੀਂ ਇਹ ਫਲਾਣੀ ਚੀਜ਼ ਤੋਂ ਹੋ ਗਿਆ ਫਲਾਣੀ ਤੋਂ ਹੋ ਗਿਆ ਐਕਚੁਅਲੀ ਪਾਣੀ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਚੀਜ਼ ਇਫੈਕਟ ਕਰਦੀ ਹੈ ਇਹਨਾਂ ਚੀਜ਼ਾਂ ਨੂੰ ਉਹ ਕੋਲਾਜਨ ਹੈ ਕੋਲਾਜਨ ਸਾਡੇ 'ਚ ਪੂਰਾ ਨਹੀਂ ਹੁੰਦਾ ਕਿਉਂ ਅਸੀਂ ਬਾਹਰੋਂ ਇਨਟੇਕ ਨਹੀਂ ਕਰਦੇ ਇੱਕ ਖਾਸ ਏਜ ਤੱਕ ਬਾਡੀ ਪ੍ਰੋਡਿਊਸ ਕਰਦੀ ਹੈ ਉਸ ਏਜ ਤੋਂ ਅੱਗੇ ਜਾ ਕੇ ਬਾਡੀ ਪ੍ਰੋਡਿਊਸ ਕਰਨਾ ਘੱਟ ਕਰ ਦਿੰਦੀ ਸਾਰੀਆਂ ਚੀਜ਼ਾਂ ਘੱਟ ਪ੍ਰੋਡਿਊਸ ਹੁੰਦੀਆਂ ਨੇ ਉਹਦੇ 'ਚ ਕੋਲਾਜਨ ਵੀ ਹੈ ਇਹ ਹੁੰਦਾ ਫਿਸ਼ ਦੀ ਸਕਿਨ 'ਚ ਜਾਂ ਚਿਕਨ ਦੀ ਸਕਿਨ 'ਚ ਜਾਂ ਮੀਟ ਟੈਂਡਨਸ ਹੁੰਦੇ ਨੇ ਜਿਹੜੇ ਜਿਹਨੂੰ ਆਪਾਂ ਬੋਂਗ ਕਹਿੰਦੇ ਹਾਂ ਲੱਤ ਦੀ ਇਸ ਗੋਸ਼ਤ 'ਚ ਹੁੰਦਾ ਮੀਟ 'ਚ ਜਾਂ ਇੱਕ ਹੋਰ ਸਬਜ਼ੀ ਹੁੰਦੀ ਹੈ ਉਹਦੇ 'ਚ ਵੀ ਬੜਾ ਹੁੰਦਾ ਕਦੇ ਮੂਲੀਆਂ ਨੂੰ ਫੁੱਲ ਲੱਗੇ ਦੇਖੇ ਜੀ ਉਹਨਾਂ ਦੇ ਉੱਪਰ ਇੱਕ ਮੂੰਗਰੇ ਬਣਦੇ ਨੇ ਜੀ ਉਹ ਮੂੰਗਰਿਆਂ 'ਚ ਕੋਲਾਜਨ ਹੁੰਦਾ ਔਰ ਸਭ ਤੋਂ ਜ਼ਿਆਦਾ ਉਹਦੇ 'ਚ ਮੂੰਗਰਿਆਂ ਦੇ ਵਿੱਚ ਵੈਰੀ ਨਾਈਸ ਤੇ ਆਪਾਂ ਕਦੀ ਖਾਦੇ ਨਹੀਂ ਆਪਾਂ ਕਹਿੰਦੇ ਕਿ ਇਸ ਤਾਂ ਹਿੱਟ ਕਰਦੇ ਆ ਦਦੀ ਚੀਜ਼ਾਂ ਖਾਸ ਕਰਕੇ ਜਿਹੜੀਆਂ ਗ੍ਰੀਨ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਆਇਰਨ ਹੁੰਦੀ ਆ ਜਾਂ ਜਿਹਦੇ ਵਿੱਚ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਅਸੀਂ ਕਹਿੰਦੇ ਅਸੀਂ ਹਿੱਟ ਕਰਦੇ ਆ ਸਵਾਦ ਨਹੀਂ ਲੱਗਦੀਆਂ ਸਾਨੂੰ ਅਸੀਂ ਪਿਛਲੇ ਦਿਨ ਸਪੈਸ਼ਲ ਇਹਨਾਂ ਗਰਮੀਆਂ 'ਚ ਮੂਲੀਆਂ ਉਗਾਈਆਂ ਔਰ ਉਹਨਾਂ 'ਤੇ ਮੂੰਗਰੇ ਲੱਗੇ ਔਰ ਉਹ ਤੋੜ ਕੇ ਪਕਾ ਕੇ ਖਾਦੇ ਬੜਾ ਮਜ਼ਾ ਆਇਆ ਦੋਸਤਾਂ ਨੂੰ ਵੀ ਖਿਲਾਏ ਅਤੇ ਮੋਂਗਰਿਆਂ 'ਚ ਕੋਲਾਜਨ ਹੁੰਦਾ ਉਹ ਸਕਿਨ ਲਈ ਬੈਟਰ ਹੈ ਹੁਣ ਆ ਜਾਓ ਤੁਸੀਂ ਕਿ ਸਕਿਨ ਦੀ ਪ੍ਰੋਬਲਮਸ ਕਿਹੜੀ ਕਿਹੜੀ ਹੁੰਦੀ ਇੱਕ ਤਾਂ ਇਹ ਹੋ ਗਈ ਡਰਾਈਨੈਸ ਵਾਲੀ ਇਹ ਤਾਂ ਤੁਸੀਂ ਈਜ਼ੀਲੀ ਦੂਰ ਕਰ ਸਕਦੇ ਹੋ ਇਹ ਦੋ ਚੀਜ਼ਾਂ ਐਡ ਕਰਕੇ ਤੁਹਾਡੀਆਂ ਝੁਰੀਆਂ ਖਤਮ ਹੋ ਜਾਣਗੀਆਂ ਤੁਹਾਡੀ ਸਕਿਨ ਲਟਕੀ ਹੋਈ ਖਤਮ ਹੋ ਜਾਏਗੀ ਇੱਥੇ ਠੀਕ ਹੋ ਜਾਏਗਾ ਤੁਸੀਂ 10 ਈਅਰਸ ਤੋਂ ਪਿੱਛੇ ਜਾ ਸਕਦੇ ਹੋ ਐਟਲੀਸਟ ਮੇਰੇ ਕੋਲ ਇੱਕ ਬੜੀ ਅੱਛੀ ਲੇਡੀਜ਼ ਖਾਤੂਨ ਆਉਂਦੇ ਉਹਨਾਂ ਦੀ 68 ਈਅਰਸ ਏਜ ਹੈ ਨਾਮ ਨਹੀਂ ਦੱਸਾਂਗਾ ਇੱਥੇ ਉਹਨਾਂ ਦੀ ਉਹਨਾਂ ਨੂੰ ਮੈਂ ਕੋਲਾਜਨ ਦੱਸਿਆ ਅਤੇ ਉਹਨਾਂ ਨੇ 2-1 ਮਹੀਨੇ ਯੂਜ਼ ਕੀਤਾ 2 ਮਹੀਨੇ ਬਾਅਦ ਮੇਰੇ ਕੋਲ ਆਏ ਅਤੇ ਮੈਨੂੰ ਇੱਕ ਦਫ਼ਾ ਸ਼ੌਕ ਲੱਗਿਆ ਉਹਨਾਂ ਨੂੰ ਦੇਖ ਕੇ ਮੈਂ ਕਿਹਾ ਤੁਸੀਂ ਅੱਜ 48 ਦੇ ਲੱਗ ਰਹੇ ਹੋ 68 ਐਕਚੁਅਲ ਏਜ ਹੈ ਮੈਂ ਕਿਹਾ ਤੁਸੀਂ ਰੀਅਲੀ 48 ਦੇ ਲੱਗ ਰਹੇ ਹੋ ਔਰ ਉਹ ਲੱਗ ਵੀ ਰਹੇ ਸਨ ਉਹ ਕਹਿੰਦੇ ਮੈਨੂੰ ਵੀ ਫੀਲ ਹੋ ਰਿਹਾ ਮੈਨੂੰ ਹੋਰ ਵੀ ਬੜਿਆਂ ਨੇ ਕਿਹਾ ਕੋਲਾਜਨ ਇੰਨੀ ਅੱਛੀ ਚੀਜ਼ ਹੈ ਸਕਿਨ ਵਾਸਤੇ ਸੋ ਇਹ ਜਿੱਦਾਂ ਤੁਸੀਂ ਕਿਹਾ ਕਿ ਚਿਕਨ ਦੇ ਵਿੱਚ ਹੁੰਦੀ ਹੈ ਫਿਸ਼ ਦੇ ਵਿੱਚ ਹੁੰਦੀ ਹੈ ਸਬਜ਼ੀ ਦੀ ਸਕਿਨ 'ਚ ਹੁੰਦੀ ਹੈ ਜੀ ਉਹਦੀ ਸਕਿਨ ਦੇ ਵਿੱਚ ਹੁੰਦੀ ਹੈ ਸੋ ਅਸੀਂ ਉਹਨੂੰ ਕੰਜ਼ਿਊਮ ਕਿੱਦਾਂ ਕਰ ਸਕਦੇ ਹਾਂ
ਉਹ ਤੁਸੀਂ ਇੱਕ ਤੇ ਮੂੰਗਰੇ ਰੋਜ਼ ਤੇ ਨਹੀਂ ਖਾ ਸਕਦੇ ਬਿਲਕੁਲ ਫਿਸ਼ ਦੀ ਸਕਿਨ ਨਹੀਂ ਖਾਂਦੇ ਬਹੁਤ ਸਾਰੇ ਲੋਕ ਚਿਕਨ ਦੀ ਵੀ ਨਹੀਂ ਖਾਂਦੇ ਬੈਟਰ ਹੈ ਕਿ ਉਹਦੇ ਨਾਲ ਖਾਇਆ ਕਰੋ ਨਹੀਂ ਖਾਂਦੇ ਤਾਂ ਫਿਰ ਤੁਸੀਂ ਬਾਹਰੋਂ ਆਓ ਖਰੀਦ ਲਓ ਕੋਲਾਜਨ ਤੇ ਉਹ ਰੋਜ਼ ਲੈ ਲਿਆ ਕਰੋ ਓਕੇ ਪਾਣੀ ਚ ਸੋਲੇਬਲ ਹੁੰਦਾ ਹੈ ਤੇ ਤੁਸੀਂ ਉਹ ਐਜ਼ ਅ ਮੈਡੀਸਨ ਤੁਸੀਂ ਉਹ ਲੈ ਸਕਦੇ ਹੋ ਤੀਸਰੀ ਗੱਲ ਜੀ ਸਕਿਨ ਦੀ ਕੁਛ ਡਿਜ਼ੀਜ਼ ਆਮ ਨੇ ਜਿਹੜੀਆਂ ਮੇਰੇ ਕੋਲ ਆਉਂਦੇ ਨੇ ਲੋਕ ਇੱਕ ਤੇ ਇਹ ਮੈਂ ਦੱਸ ਦਿੱਤੀ ਤੁਹਾਨੂੰ ਕਿ ਉਹ ਡਰਾਈਨੈਸ ਸਕਿਨ ਦੀ ਜਿਹੜੀ ਹੁੰਦੀ ਹੈ ਉਹਦੀ ਡਿਜ਼ੀਜ਼ ਨੇ ਦੂਸਰੀ ਜਿਹੜੀ ਆਮ ਡਿਜ਼ੀਜ਼ ਹੈ ਇੱਥੇ ਬਹੁਤ ਸਾਰੇ ਲੋਕ ਆਉਂਦੇ ਐਟਲੀਸਟ ਡੇਲੀ ਇੱਕ ਬੰਦਾ ਜ਼ਰੂਰ ਆਉਂਦਾ ਸਕਿਨ ਦੀ ਪ੍ਰੋਬਲਮ ਵਾਲਾ ਉਹ ਹੈ ਐਗਜ਼ਿਮਾ ਐਗਜ਼ਿਮਾ ਇਹਦੇ ਤੋਂ ਬੜੀ ਆਸਾਨੀ ਨਾਲ ਬਚਿਆ ਜਾ ਸਕਦਾ ਖਾਸ ਕਰਕੇ ਬੱਚਿਆਂ 'ਚ ਬਹੁਤ ਹੁੰਦਾ ਡਾਕਟਰ ਸਾਹਿਬ ਬੱਚਿਆਂ ਨੂੰ ਵੱਡਿਆਂ 'ਚ ਛੋਟਿਆਂ ਨੂੰ ਹੁੰਦਾ ਅਤੇ ਵੱਡਿਆਂ 'ਚ ਵੀ ਕਈ ਇੱਕ ਸਰਟਨ ਏਜ 'ਤੇ ਆ ਕੇ ਕਈ ਵਾਰ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਇਹ ਨਹੀਂ ਕਿ ਜਿਹੜੇ ਬੱਚੇ ਨੂੰ ਹੋਇਆ ਹੋਊਗਾ ਵੱਡੇ ਹੋਣ ਤੱਕ ਉਹਨੂੰ ਹੀ ਕੈਰੀ ਆਨ ਰਹਿੰਦਾ ਕਈ ਵਾਰੀ ਬੱਚਿਆਂ ਦਾ 18 ਸਾਲ ਤੱਕ ਮੈਨੂੰ ਲੱਗਦਾ ਖਤਮ ਹੋ ਜਾਂਦਾ ਸੋ ਕਾਰਨ ਕੀ ਨੇ ਇਹਦੇ ਐਗਜ਼ਿਮਾ ਦਾ ਵੀ ਪਹਿਲਾਂ ਤਾਂ ਉਹੀ ਕਾਰਨ ਤਾਂ ਅਸੀਂ ਡਿਸਕਸ ਕਰ ਲੈਣਾ ਕਿ ਇਹ ਰੀਜ਼ਨਾਂ ਹੋ ਸਕਦੀ ਇਹ ਹੋ ਸਕਦੀ ਓਕੇ ਹੁਣ ਉਹਨਾਂ ਨੂੰ ਟ੍ਰੀਟ ਕਿਵੇਂ ਕਰਨਾ ਐਗਜ਼ਿਮਾ ਨੂੰ ਐਗਜ਼ਿਮਾ ਨੂੰ ਟ੍ਰੀਟ ਕਰਨ ਦੇ ਕੋਈ ਸੋਲੂਸ਼ਨ ਨਹੀਂ ਹੈ ਹੋਰ ਕਿਸੇ ਪਾਸੇ ਆਰਜ਼ੀ ਦਵਾਈ ਦਿੱਤੀ ਖਾ ਲਈ ਥੋੜ੍ਹਾ ਠੀਕ ਹੋਇਆ ਫਿਰ ਲਗਾ ਲਈ ਕਰੀਮ ਲਗਾ ਲਈ ਥੋੜ੍ਹਾ ਠੀਕ ਹੋਇਆ ਦੈਟਸ ਇਟ ਮੈਂ ਨਹੀਂ ਕਹਿੰਦਾ ਕਿ ਮੈਂ ਐਪਰੀਸ਼ੀਏਟ ਕਰ ਰਿਹਾ ਹੋਮਿਓਪੈਥੀ ਨੂੰ ਬਟ ਆਈ ਸਾ ਮੈਰੇਕਲਸ ਇਨ ਹੋਮਿਓਪੈਥੀ ਬੜੇ ਮੈਰੇਕਲਸ ਦੇਖੇ ਮੈਂ ਹੋਮਿਓਪੈਥੀ 'ਚ ਸੋਰਾਈਸਿਸ ਦਾ ਕੋਈ ਇਲਾਜ ਨਹੀਂ ਕਿਤੇ ਵੀ ਦੂਸਰੀ ਡਿਜ਼ੀਜ਼ ਇਹ ਐਗਜ਼ਿਮਾ ਨੂੰ ਸਵੀਅਰ ਕਰ ਲਓ ਅਤੇ ਸੋਰਾਈਸਿਸ ਜਿਹਨੂੰ ਆਪਾਂ ਕੋੜ ਕਹਿੰਦੇ ਸੀ ਕਿਸੇ ਜ਼ਮਾਨੇ 'ਚ ਉਹਦਾ ਕਿਸੇ ਕੋਈ ਸੋਲੂਸ਼ਨ ਨਹੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਕੋਈ ਇਲਾਜ ਨਹੀਂ ਉਹਦਾ ਬਹੁਤ ਸਾਰੇ ਅਮੈਰੀਕਾ 'ਚ ਮੇਰੇ ਪੇਸ਼ੈਂਟਸ ਨੇ ਬਹੁਤ ਸਾਰੇ ਇੱਥੇ ਨੇ ਜਿਹੜੇ ਵਿਚਾਰੇ 15-15 ਸਾਲ ਤੋਂ ਇਹਨੂੰ ਭੁਗਤ ਰਹੇ ਸੀ ਸੋਰਾਈਸਿਸ ਨੂੰ ਔਰ ਐਗਜ਼ਿਮਾ ਨੂੰ ਉਹਨਾਂ ਨੂੰ ਸੋਲੂਸ਼ਨ ਨਹੀਂ ਸੀ ਮਿਲ ਰਿਹਾ ਉਹ ਲਗਾਉਂਦੇ ਸੀ ਅਤੇ ਥੋੜ੍ਹੀ ਦੇਰ ਠੀਕ ਹੋ ਜਾਂਦੀ ਸੀ ਫਿਰ ਇਚਿੰਗ ਇੰਜ ਥੋੜ੍ਹੇ ਦਿਨਾਂ ਬਾਅਦ ਫਿਰ ਸ਼ੁਰੂ ਹੋ ਜਾਂਦਾ ਸੀ ਉਹਨਾਂ ਦੀ ਬੜੀ ਅੱਛੀ ਮੈਡੀਸਨ ਹੈ ਹੋਮਿਓਪੈਥੀ 'ਚ ਐਗਜ਼ਿਮਾ ਦੀ ਜਿਹੜੀ ਇੱਕ ਜਨਰਲ ਮੈਡੀਸਨ ਅਗਰ ਤੁਸੀਂ ਕਹੋ ਅਤੇ ਜਿਹਦੇ ਇੱਚੀ ਉਹਦੇ 'ਚ ਸ਼ਾਮਿਲ ਹੈ ਥੋੜ੍ਹੀ ਬਹੁਤ ਸਕਿਨ ਦੀ ਡਿਜ਼ੀਜ਼ ਥੋੜ੍ਹੀ ਬਹੁਤ ਪ੍ਰੋਬਲਮ ਉਸ ਮੈਡੀਸਨ ਦਾ ਨਾਮ ਹੈ ਸਲਫਰ SULFER-200 SULFER-200 ਦੀ ਜਸਟ ਇੱਕ ਡੋਜ਼ 3-4 ਡਰੋਪਸ ਅਰਲੀ ਮਾਰਨਿੰਗ ਇੱਕ ਦਫ਼ਾ ਥੋੜ੍ਹੇ ਜਿਹੇ ਪਾਣੀ 'ਚ ਪਾ ਕੇ ਪੀ ਲਿਆ ਕਰੋ ਥੋੜ੍ਹੇ ਦਿਨ ਜ਼ਿਆਦਾ ਨਹੀਂ ਲੈਣਾ ਸਲਫਰ ਨੂੰ 10-15 ਦਿਨ ਜਦੋਂ ਐਗਜ਼ਿਮਾ ਖਤਮ ਹੋ ਜਾਵੇ ਛੱਡ ਦਿਓ ਫਿਰ ਵੀਕ 'ਚ ਇੱਕ ਦਫ਼ਾ ਲੈ ਲਈ ਬੜੇ ਲੋਕ ਆਉਂਦੇ ਨੇ ਬੇਚਾਰੇ ਬੁਰਾ ਹਾਲ ਹੋ ਰਿਹਾ ਹੁੰਦਾ ਉਹਨਾਂ ਨੂੰ ਪਲਾਈ ਸਲਫਰ ਉਸੇ ਟਾਈਮ ਰੋ ਤੇ ਬੱਚਿਆਂ ਨੂੰ ਵੀ ਪਿਆ ਸਕਦੇ ਬੱਚਿਆਂ ਨੂੰ ਵੀ ਪਿਆ ਸਕਦੇ ਛੋਟੀ ਡੋਜ਼ ਕਰਕੇ ਜਾਂ ਇਹਦਾ ਇੱਕ ਡ੍ਰੌਪ ਪਿਲਾ ਸਕਦੇ ਅਗਰ ਉਹ ਡਿਪੈਂਡ ਕਰਦਾ ਬੱਚਾ 10 ਸਾਲ ਤੋਂ ਛੋਟਾ ਤਾਂ ਇੱਕ ਡ੍ਰੌਪ ਪਿਲਾ ਦਿਓ ਅਗਰ ਬੜਾ ਤਾਂ 2 ਪਿਲਾ ਦਿਓ ਅਗਰ 20+ ਹੈ ਜਾਂ 18+ ਹੈ ਤਾਂ 3 ਪਿਲਾ ਦਿਓ ਸੋ ਕਈ ਹੋਮ ਰੈਮੇਡੀਜ਼ ਜਿੱਦਾਂ ਸਕਿਨ ਡਿਜ਼ੀਜ਼ ਨੂੰ ਲੈ ਕੇ ਜਿਵੇਂ ਹੁਣ ਜਿਵੇਂ ਅਸੀਂ ਐਗਜ਼ਿਮਾ ਦੀ ਗੱਲ ਕੀਤੀ ਹੈ ਅਤੇ ਸੋਰਾਈਸਿਸ ਵੀ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੈਗਾ ਹੈ ਸੋ ਜਿਨ੍ਹਾਂ ਨੂੰ ਸੋਰਾਈਸਿਸ ਹੈ ਉਹ ਵੀ ਇਹ ਸਲਫਰ ਲੈ ਸਕਦੇ ਕਿ ਉਹਨਾਂ ਲਈ ਹੋਰ ਮੈਡੀਸਨ ਹੋ ਸੋਰਾਈਸਿਸ ਦੀ ਸਾਰੀਆਂ ਮੈਡੀਸਨਸ 'ਚੋਂ ਇਹ ਇੱਕ ਮੈਡੀਸਨ ਹੈ ਸੋਰਾਈਸਿਸ ਹੁੰਦਾ ਕੀ ਹੈ ਪਹਿਲੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਇਹ ਨਹੀਂ ਪਤਾ ਹੋਣਾ ਸੋਰਾਈਸਿਸ ਹੁੰਦਾ ਕਿ ਅਸੀਂ ਥੋੜ੍ਹਾ ਜਿਹਾ ਇਹਨਾਂ ਨੂੰ ਅਗਰ ਦੱਸ ਦਈਏ ਸੋਰਾਈਸਿਸ ਕੀ ਹੁੰਦਾ ਸੋਰਾਈਸਿਸ ਜਿਵੇਂ ਇੱਕ ਤਾਂ ਮੈਂ ਆਸਾਨ ਜ਼ਬਾਨ 'ਚ ਅਗਰ ਸਮਝਾਵਾਂ ਇਹ ਕੋੜ ਕਹਿ ਲਓ ਇਨ ਅਦਰ ਵਰਡਸ ਇਹ ਸਕਿਨ ਦੀ ਡਿਜ਼ੀਜ਼ ਹੈ ਜਿਹਦੇ 'ਚ ਛਿਲਕੇ ਉੱਤਰਦੇ ਨੇ ਤੁਹਾਡੀ ਸਕਿਨ ਤੋਂ ਉਹਦੇ 'ਚ ਸਮਟਾਈਮ ਬਲੱਡ ਆਉਂਦਾ ਤੁਸੀਂ ਖਾਜ ਕਰਦੇ ਹੋ ਬਲੱਡ ਆਉਂਦਾ ਸਮਟਾਈਮ ਉਹਦੇ 'ਚ ਪੀਪ ਆਉਂਦੀ ਹੈ ਸਮਟਾਈਮ ਉਹ ਡਰਾਈ ਹੁੰਦੇ ਨੇ ਸਿਰਫ ਛਿਲਕੇ ਉੱਤਰਦੇ ਨੇ ਤੁਸੀਂ ਰਗੜਦੇ ਹੋ ਤੁਹਾਡਾ ਦਿਲ ਕਰਦਾ ਮੈਂ ਇਹਨੂੰ ਰਗੜਦੇ ਔਰ ਇਹ ਯੂਜਲੀ ਕੋਰਨਰਸ ਤੇ ਹੁੰਦਾ ਜੀ ਇਹ ਕੋਰਨਰਸ ਜਿਵੇਂ ਕੰਨਾਂ ਦੇ ਹੱਥਾਂ ਦੇ ਕੋਰਨਰਸ ਇਸੇ ਤਰ੍ਹਾਂ ਪੈਰਾਂ ਦੀਆਂ ਇਹ ਵਾਲੀਆਂ ਸਾਈਡਾਂ ਤੇ ਹੁੰਦਾ ਕੋਨੀਆਂ ਤੇ ਇਸ ਤਰ੍ਹਾਂ ਸਾਈਡਾਂ ਤੇ ਇਹ ਜ਼ਿਆਦਾਤਰ ਹਾਂ ਸਾਈਡਾਂ ਤੇ ਹੁੰਦਾ ਫਿਰ ਜਦੋਂ ਵੱਡਦਾ ਜਾਂਦਾ ਤੇ ਫਿਰ ਹਰ ਜਗ੍ਹਾ ਹੋ ਜਾਂਦਾ ਫਿਰ ਪਿੱਛੇ ਵੀ ਹੋ ਜਾਂਦਾ ਸਿਰ 'ਚ ਵੀ ਹੋ ਜਾਂਦਾ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਉਹਦੀ ਸਵਾਏ ਅੱਖਾਂ ਤੋਂ ਕੋਈ ਜਗ੍ਹਾ ਨਹੀਂ ਸੀ ਬਚੀ ਹੋਈ ਔਰ ਉਹ ਫੌਜ ਦਾ ਬੜਾ ਵੱਡਾ ਅਫਸਰ ਸੀ ਔਰ ਉਹਨੂੰ ਉਹਦੇ ਕੋਈ ਇਲਾਜ ਨਹੀਂ ਹੋਏਗਾ ਉਹ ਕਿਤੇ ਕਿਤੇ ਗਿਆ ਹੋਏਗਾ ਬਿਲਕੁਲ ਬਿਲਕੁਲ ਤੇ ਹੀ ਵਾਜ਼ ਆਲ ਰਾਈਟ ਵਿਦ ਇਨ 30 ਡੇਜ਼ ਔਰ ਉਸ ਤੋਂ ਬਾਅਦ ਕਦੀ ਹੋਇਆ ਹੀ ਨਹੀਂ ਇਸ ਗੱਲ ਨੂੰ 10 ਸਾਲ ਹੋ ਗਏ ਕਦੀ ਨਹੀਂ ਹੋਇਆ ਉਹਨੂੰ ਉਸ ਬਾਅਦ ਸੋ ਹੋਮਿਓਪੈਥਿਕ ਜਾਂ ਸਲਫਰ ਦੇ ਨਾਲ ਕਿ ਹੋਮਿਓਪੈਥਿਕ ਦੀ ਹੋਰ ਦਵਾਈ ਹੈ ਹੋਰ ਵੀ ਉਹ ਡਿਪੈਂਡ ਕਰਦਾ ਹੈ ਤੁਸੀਂ ਕਿਸ ਤਰ੍ਹਾਂ ਦੀ ਉਹਦੀ ਰਿਕੁਆਇਰਮੈਂਟਸ ਹੈ ਦੂਸਰੀ ਜਿਹੜੀ ਜਨਰਲ ਮੈਡੀਸਨ ਹੈ ਇਹਦੇ 'ਚ ਸਕਿਨ ਡਿਜ਼ੀਜ਼ 'ਚ ਔਰ ਇਹਦੇ 'ਚ ਵੀ ਉਹਦਾ ਨਾਮ ਹੈ ਆਰਸੈਨਿਕ ਆਰਸੈਨਿਕਮ ਜਿਹੜੀ ਮੈਡੀਸਨ ਹੈ ਉਹ ਜ਼ਹਿਰ ਨਹੀਂ ਹੈ ਜ਼ਹਿਰ ਦਾ ਤੋੜ ਹੈ
ਆਰਸੈਨਿਕ ਇੱਕ ਜ਼ਹਿਰ ਹੁੰਦੀ ਹੈ ਉਹਦੇ ਤੋਂ ਇੱਕ ਤੋੜ ਕਰਕੇ ਇੱਕ ਮੈਡੀਸਨ ਬਣਾਈ ਜਾਂਦੀ ਹੈ ਜਿਹਦਾ ਨਾਮ ਵੀ ਅਸੀਂ ਆਰਸੈਨਿਕ ਹੀ ਰੱਖ ਦਿੱਤਾ ਹੈ ਲੇਕਿਨ ਉਹ ਉਸ ਆਰਸੈਨਿਕ ਕਿਸੇ ਨੇ ਖਾਧੀ ਹੋਵੇ ਤੇ ਉਹ ਆਰਸੈਨਿਕ ਦੇ ਦਿਓ ਤਾਂ ਉਹਦਾ ਤੋੜ ਹੈ ਉਹ ਤਰਿਆਕ ਹੈ ਉਹਦਾ ਐਂਟੀਡੋਟ ਹੈ ਉਸ ਆਰਸੈਨਿਕ ਨੂੰ ਅਗਰ 30 ਡੋਜ਼ 'ਚ 5 ਡ੍ਰੋਪਸ ਦਿਨ 'ਚ 3-4 ਦਫ਼ਾ ਲੈ ਲਏ ਜਾਣ ਤਾਂ ਉਹ ਸਕਿੰਨ ਦੀ ਸਾਰੀ ਪ੍ਰੋਬਲਮਸ ਦਾ ਸੋਲੂਸ਼ਨ ਹੈ ਆਰਸੈਨਿਕਮ ਐਲਬਮ ਪਲੱਸ ਉਹ ਸਟਮਕ ਨੂੰ ਵੀ ਅੱਛਾ ਕਰਦੀ ਹੈ ਡਾਈਜੈਸ਼ਨ ਨੂੰ ਵੀ ਅੱਛਾ ਕਰਦੀ ਹੈ ਫਿਰ ਅਗਰ ਸਕਿੰਨ ਦੀ ਹੋਰ ਕੋਈ ਡਿਜ਼ੀਜ਼ ਹੈ ਜਿਸ ਤਰ੍ਹਾਂ ਦਾਣੇ ਨਿਕਲ ਰਹੇ ਬਹੁਤ ਸਾਰੇ ਜਾਂ ਡਿਸਕਲਰਿੰਗ ਹੋ ਰਹੀ ਹੈ ਉਹਦੇ ਵਾਸਤੇ ਆਰਸੈਨਿਕ ਆਇਓਡੈਟਮ ਬੜੀ ਪੋਟੈਂਸੀ 'ਚ ਅਸੀਂ ਯੂਜ਼ ਕਰਦੇ ਹਾਂ ਫਿਰ ਉਹ ਤੁਸੀਂ ਦੇਖਿਆ ਹੋਣਾ ਸਕਿੰਨ ਦੀ ਇੱਕ ਡਿਜ਼ੀਜ਼ ਹੈ ਫੁਲਬੈਰੀ ਉਹ ਤੁਸੀਂ ਅਕਸਰ ਲੋਕਾਂ ਨੂੰ ਦੇਖਿਆ ਹੋਣਾ ਇੱਥੇ ਬਣੇ ਹੁੰਦੇ ਨੇ ਜਾਂ ਕਲਰ ਚੇਂਜ ਹੋ ਜਾਂਦੇ ਨੇ ਜਾਂ ਕਈ ਵੀ ਵਾਈਟ ਜਾਂ ਬ੍ਰਾਊਨਿਸ਼ ਤੁਹਾਡੇ ਡਾਰਕ ਜਾਂ ਵਾਈਟਿਸ਼ ਤੋਂ ਚੇਂਜ ਹੋ ਜਾਂਦਾ ਚੇਂਜ ਹੋ ਜਾਂਦਾ ਜੀ ਸ਼ਾਇਦ ਉਹ ਆਪਣੇ ਪੜੋਸੀ ਇੱਕ ਬੜੇ ਉਹਨੂੰ ਵੀ ਹੈਵੇ ਦੀ ਅੱਖਾਂ ਥੱਲੋਂ ਤੇ ਉਹ ਤੁਸੀਂ ਉਹਦੀ ਬੜੀ ਆਸਾਨ ਡਿਜ਼ੀਜ਼ ਹੈ ਆਰਸੈਨਿਕਮ ਸੈਲਫ ਉਹ ਇੱਕ ਹੋਰ ਮੈਡੀਸਨ ਹੈ ਇਹ ਤਾਂ ਪਹਿਲੇ ਹੋਰ ਦੱਸੀ ਨਾ ਇਹ ਆਰਸੈਨਿਕਮ ਸੈਲਫ ਉਹਦੀ ਮੈਡੀਸਨ ਹੈ ਉਹ ਥੋੜ੍ਹੇ ਦਿਨਾਂ 'ਚ ਤੁਹਾਨੂੰ ਉਹਦਾ ਰਿਜ਼ਲਟ ਆਏਗਾ ਉਹਦੀ ਇੱਕ ਮੈਡੀਸਨ ਹਾਈਡਰੋਕੈਟਾਇਲ ਵੀ ਹੈ ਉਹ ਵੀ ਹੋਮਿਓਪੈਥਿਕ ਦੀ ਮੈਡੀਸਨ ਹੈ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਕਿਸਮ ਦੀ ਕੰਡੀਸ਼ਨ 'ਚ ਹੋ ਫਿਰ ਉਹ ਵਾਲੀ ਮੈਡੀਸਨ ਤੁਸੀਂ ਲਓ ਅਗਰ ਕੋਈ ਮੇਰੇ ਕੋਲ ਐਡੀ ਦੂਰ ਨਹੀਂ ਆ ਸਕਦਾ ਮੈਨੂੰ ਬਹੁਤ ਸਾਰੀਆਂ ਕਾਲਸ ਇੰਗਲੈਂਡ ਤੋਂ ਆਉਂਦੀਆਂ ਨੇ ਫਰਾਂਸ ਤੋਂ ਆਉਂਦੀਆਂ ਨੇ ਆਸਟ੍ਰੇਲੀਆ ਤੋਂ ਆਉਂਦੀਆਂ ਔਰ ਅਕਸਰ ਉਸ ਟਾਈਮ ਆਉਂਦੀਆਂ ਨੇ ਜਦੋਂ ਮੈਂ ਸੁੱਤਾ ਹੁੰਦਾ ਟਾਈਮ ਡਿਫਰੈਂਸ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਜਾਂ ਵਿੱਚ ਕਾਲ ਚੱਲ ਰਹੀ ਹੁੰਦੀ ਹੈ ਅਤੇ ਉਹ ਫਿਰ ਉਹਨਾਂ ਨੂੰ ਅਟੈਂਡ ਨਹੀਂ ਕਰ ਪਾਉਂਦਾ ਬਲਕਿ ਇਹ ਵੀ ਮੈਂ ਅੱਜ ਤੁਹਾਡੇ ਉਹ ਰੈਫਰੈਂਸ ਨਾਲ ਇਹ ਗੱਲ ਕਰਦਿਆਂ ਕਿ ਬਹੁਤ ਸਾਰੇ ਲੋਕ ਜਿਹਨਾਂ ਦੀ ਕਾਲ ਅਟੈਂਡ ਨਹੀਂ ਹੁੰਦੀ ਉਹ ਇਹ ਸਮਝਦੇ ਹੋਣੇ ਕਿ ਡਾਕਟਰ ਪਤਾ ਨਹੀਂ ਬੜਾ ਮਗਰੂਰ ਹੈ ਐਸਾ ਨਹੀਂ ਹੈ ਵਿੱਚ ਕੋਈ ਕਾਲ ਚੱਲ ਰਹੀ ਹੁੰਦੀ ਜਾਂ ਮੇਰਾ ਉਹ ਸੌਣ ਦਾ ਟਾਈਮ ਹੁੰਦਾ ਬਿਲਕੁਲ ਪਰ ਇਹ ਬਹੁਤ ਵਧੀਆ ਗੱਲ ਹੈਗੀ ਕਿ ਤੁਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਜਿੰਨਾ ਹੋ ਸਕੇ ਅਟੈਂਡ ਕਰੋ ਪਰ ਅੱਜ ਜਦੋਂ ਅਸੀਂ ਸਕਿੰਨ ਡਿਸੀਜ਼ ਦੀ ਗੱਲ ਕਰਦੇ ਡਾਕਟਰ ਸਾਹਿਬ ਕਿ ਕਈ ਵਾਰ ਹੋਮ ਰੈਮੇਡੀਜ਼ ਤੁਸੀਂ ਦੱਸਦੇ ਹੈਗੇ ਕਿ ਸਾਨੂੰ ਇਹ ਕਰ ਲੈਣੀਆਂ ਚਾਹੀਦੀਆਂ ਨੇ ਹੁਣ ਸਕਿੰਨ ਨੂੰ ਲੈ ਕੇ ਫੂਡ ਵੀ ਟ੍ਰਿਗਰ ਕਰਦਾ ਹੈ ਬਹੁਤ ਜਦੋਂ ਤੁਹਾਨੂੰ ਐਗਜ਼ੀਮਾ ਜਾਂ ਤੁਹਾਨੂੰ ਸੋਰਾਇਸਿਸ ਹੋ ਗਿਆ ਤਾਂ ਤੁਸੀਂ ਗਰਮ ਚੀਜ਼ਾਂ ਨਹੀਂ ਖਾਣੀਆਂ ਗਰਮ ਚੀਜ਼ਾਂ 'ਚ ਕੌਫੀ ਵੀ ਹੈ ਅੰਡਾ ਵੀ ਹੈ ਫਿਸ਼ ਵੀ ਹੈ ਜਿਹੜੀਆਂ ਵੀ ਗਰਮ ਚੀਜ਼ਾਂ ਉਹ ਤੁਸੀਂ ਨਹੀਂ ਖਾਣੀਆਂ ਇੱਕ ਦੂਸਰਾ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਜਿਵੇਂ ਫਰਾਈਡ ਫੂਡ ਹੈ ਫਰਾਈਡ ਕੀ ਹੁੰਦਾ ਚਿਕਨ ਹੈ ਬਹੁਤ ਸਾਰੀਆਂ ਫਰਾਈਡ ਫੂਡਸ ਨੇ ਉਹ ਨਹੀਂ ਖਾਣੀਆਂ ਔਰ ਤੀਸਰਾ ਤੁਸੀਂ ਵਾਈ ਚੀਜ਼ਾਂ ਨਹੀਂ ਖਾਣੀਆਂ ਵਾਈ ਬਾਦੀ ਜਿਹੜੀਆਂ ਹੁੰਦੀਆਂ ਨੇ ਇਹ ਤਿੰਨੇ ਚੀਜ਼ਾਂ ਉਹਨਾਂ ਨੂੰ ਟ੍ਰਿਗਰ ਕਰਦੀਆਂ ਔਰ ਸਭ ਤੋਂ ਜ਼ਿਆਦਾ ਇਹ ਟ੍ਰਿਗਰ ਕਰਦੀ ਹੈ ਜਿਹੜੀ ਗਰਮ ਚੀਜ਼ਾਂ ਨੇ ਫਿਸ਼ ਨਹੀਂ ਖਾਣੀ ਪ੍ਰੌਨਸ ਨਹੀਂ ਖਾਣੇ ਅੰਡਾ ਨਹੀਂ ਖਾਣਾ ਕੌਫੀ ਨਹੀਂ ਪੀਣੀ ਚਾਏ ਨਹੀਂ ਪੀਣੀ ਸੋ ਜਿੱਦਾਂ ਕਹਿੰਦੇ ਕਿ ਠੰਡੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਉਹ ਖਾਣੀਆਂ ਚਾਹੀਦੀਆਂ ਨੇ ਕਿਉਂਕਿ ਫੂਡ ਵੀ ਇੱਕ ਇਹੋ ਜਿਹਾ ਹੈਗਾ ਆ ਕਿ ਤੁਹਾਨੂੰ ਜੋ ਤੁਸੀਂ ਇਨਟੇਕ ਕਰਦੇ ਹੋ ਤੁਹਾਡੀ ਬੋਡੀ ਉਸ ਤਰ੍ਹਾਂ ਹੀ ਰਿਐਕਟ ਕਰਦੀ ਹੈ ਹੁਣ ਇਸ ਨਾਲ ਫੂਡ ਦਾ ਜਿਹੜੇ ਟ੍ਰਿਗਰ ਕਰਦੇ ਉਹ ਤਾਂ ਦੱਸਿਆ ਪਰ ਜਿਹੜੇ ਰਿਲੈਕਸ ਫੀਲ ਕਰਾਉਂਦੇ ਹੈ ਫੂਡ ਜਿਵੇਂ ਤੁਸੀਂ ਠੰਡੀਆਂ ਚੀਜ਼ਾਂ ਗਈਆਂ ਉਹਦੇ ਵਿੱਚ ਕੀ ਕੁਝ ਖਾ ਸਕਦੇ ਆ ਜਿਹਦੇ ਨਾਲ ਤੁਸੀਂ ਰਿਲੈਕਸ ਫੀਲ ਕਰ ਸਕਦੇ ਹੋ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਠੰਡੀਆਂ ਚੀਜ਼ਾਂ 'ਚ ਲਾਈਕ ਸਮੂਦੀਜ਼ ਨੇ ਬਗੈਰ ਬਰਫ਼ ਤੋਂ ਪਾਣੀ ਨਾਲ ਸਮੂਦੀਜ਼ ਬੀਟ ਬਹੁਤ ਅੱਛੀ ਹੈ ਇਹਦੇ ਵਾਸਤੇ ਜਿਹਨੂੰ ਚੁਕੰਦਰ ਕਹਿੰਦੇ ਆਪਾਂ ਜੀ 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 ਐਵੋਕੈਡੋ ਬਹੁਤ ਅੱਛਾ ਪਪਾਇਆ ਬਹੁਤ ਅੱਛਾ ਇਹਦੇ ਵਾਸਤੇ ਮੂਲੀ ਬਹੁਤ ਅੱਛੀ ਹੈ ਇਹਦੇ ਵਾਸਤੇ ਮੂਲੀ ਦੀ ਤੁਸੀਂ ਇਹਨਾਂ ਚਾਰਾਂ ਪੰਜਾਂ ਚੀਜ਼ਾਂ ਦੀ ਸਮੂਦੀ ਬਣਾ ਲਓ ਔਰ ਉਸ ਸਮੂਦੀ ਨੂੰ ਇੱਕ ਗਲਾਸ ਰੋਜ਼ ਦਾ ਪੀ ਲਿਆ ਕਰੋ ਪਲੱਸ ਇਹਦੇ ਵਾਸਤੇ ਇੱਕ ਤੁਕਮਾਨੀਆ ਸੀਡਸ ਹੁੰਦੇ ਨੇ ਜਿਵੇਂ ਚੀਆ ਸੀਡ ਹੈ ਨਾ ਉਹ ਤੁਕਮਾਨੀਆ ਸੀਡ ਹੁੰਦਾ ਚੀਆ ਸੀਡ 'ਚ 20% ਉਹ ਇਨਗਰੀਡੀਐਂਟ ਨੇ ਤੁਕਮਾਨੀਆ ਸੀਡ 'ਚ ਪਲੱਸ 80% ਉਹ ਆਪਣੇ ਦੇਸੀ ਚੀਆ ਸੀਡਸ ਨੇ ਉਹ ਉਹਦੇ ਤੋਂ 80% ਜ਼ਿਆਦਾ ਬੈਟਰ ਨੇ ਉਹ ਸ਼ਰਬਤ 'ਚ ਪਾ ਕੇ ਪੀ ਲਏ 2 ਚਮਚ ਰੋਜ਼ ਦੇ ਉਹ ਬੜੇ ਅੱਛੇ ਨੇ ਇਹਦੇ ਵਾਸਤੇ ਬੈਟਰ ਨੇ ਫਿਰ ਹੋਰ ਜਿਹੜੀਆਂ ਚੀਜ਼ਾਂ ਤੁਹਾਡੀ ਬੋਡੀ ਨੂੰ ਰਿਲੈਕਸ ਕਰਨ ਫਿਰ ਉੱਪਰ ਸਕਿੰਨ 'ਤੇ ਲਗਾਉਣ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਤੁਸੀਂ ਅਗਰ ਕਿਸੇ ਦੀ ਬਹੁਤ ਹਾਲਤ ਖਰਾਬ ਹੈ ਜਿਹਨੂੰ ਕਹਿੰਦੇ ਕਿ ਚੰਬਲ ਟਾਈਪ ਹੋ ਗਿਆ ਚੰਬਲ ਦਾ ਪਤਾ ਜਿਹਨਾਂ ਉਹ ਗਲ ਜਾਂਦੀ ਸਕਿੰਨ ਉੱਥੋਂ ਇੱਥੋਂ ਅਕਸਰ ਗਲ ਜਾਂਦੀ ਕਿਤੋਂ ਵੀ ਅਗਰ ਗਲ ਗਈ ਸਕਿੰਨ ਔਰ ਉਹਨੂੰ ਆਰਾਮ ਨਹੀਂ ਆ ਰਿਹਾ ਉਹਦਾ ਇੱਕ ਬੜਾ ਆਸਾਨ ਸਲੂਸ਼ਨ ਹੈ ਤੁਸੀਂ ਦੇਖਿਆ ਵੋਮੈਨ ਅਕਸਰ ਉਹ ਇੱਕ ਲੱਕੜੀ ਚਬਾਉਂਦੀਆਂ ਨੇ ਵੋਮੈਨ ਜਿਹਨੂੰ ਆਪਾਂ ਸੱਕ ਕਹਿੰਦੇ ਸੁਣਿਆ ਕਦੇ ਉਹ ਸੱਕ ਲੈ ਕੇ ਨਾ ਉਹਨੂੰ ਪੀਸ ਲਓ ਬਿਲਕੁਲ ਬਾਰੀਕ ਕੱਪੜੇ ਦੇ ਵਿੱਚ ਉਹਨੂੰ ਕੱਢ ਲਓ ਇੰਨਾ ਬਾਰੀਕ ਹੋ ਜਾਏ ਪੀਸ ਕੇ ਨਾ ਤੇ ਕੱਪੜੇ ਚੋਂ ਛਾਣ ਲਓ ਤੇ ਉਹ ਬਹੁਤ ਬਾਰੀਕ ਤੁਹਾਡੇ ਸਾਹਮਣੇ ਆ ਜਾਏ ਇੱਕ ਕੌੜਾ ਤੇਲ ਹੁੰਦਾ ਯਾਦ ਹੈ ਤੁਹਾਨੂੰ ਤੁਹਾਨੂੰ ਨਹੀਂ ਯਾਦ ਹੋਣਾ ਦੇਖਣ ਵਾਲਿਆਂ ਨੂੰ ਸ਼ਾਇਦ ਯਾਦ ਹੋਏਗਾ ਉਹ ਕੜਵੇ ਤੇਲ ਨੂੰ ਉਹ ਸੱਕ ਨਾਲ ਮਿਕਸ ਕਰ ਲਓ ਉਹਦੀ ਮੋਟੀ ਮੋਟੀ ਮਰਮ ਬਣਾ ਲਓ ਲੇਪ ਜੀ ਬਣਾ ਲਓ ਉਹਦੇ ਉੱਪਰ ਉਹ ਲੇਪ ਕਰ ਦਿਓ ਜਿੱਥੇ ਜਿੱਥੇ ਉਹ ਤੁਹਾਨੂੰ ਕੋੜ ਹੋਇਆ ਜਾਂ ਉਹ ਚੰਬਲ ਹੋਈ ਹੋਈ ਹੈ ਇਹ ਬੜਾ ਹੀ ਮੈਂ ਇੱਕ ਫਾਰਮੂਲਾ ਦੱਸਣ ਲੱਗਾ ਲੋਕਾਂ ਨੂੰ ਪਤਾ ਨਹੀਂ ਹੈ ਜਿਹੜੇ ਦੂਰ ਕਿਤੇ
ਇੰਡੀਆ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਬੈਠੇ ਨੇ ਉਹ ਵਿਚਾਰੇ ਨਹੀਂ ਆ ਸਕਦੇ ਜਾਂ ਉੱਥੇ ਮੈਡੀਸਨ ਨਹੀਂ ਅਵੇਲੇਬਲ ਇਹ ਤਾਂ ਜ਼ਰੂਰ ਅਵੇਲੇਬਲ ਹੋਏਗਾ ਜੀ ਕੌੜਾ ਤੇਲ ਵੀ ਅਵੇਲੇਬਲ ਹੋਏਗਾ ਉਹ ਇਹਨਾਂ ਦੀ ਮਰਮ ਮੋਟੀ ਮੋਟੀ ਸਖ਼ਤ ਸਖ਼ਤ ਮਰਮ ਬਣਾ ਕੇ ਉਹਦੇ 'ਤੇ ਲੇਪ ਕਰ ਦੇਣ ਮੋਟੀ ਲੇਪ ਜੀ ਔਰ ਬਰੀਕ ਜਿਹਾ ਕੱਪੜੇ ਨਾਲ ਉਹਨੂੰ ਕਵਰ ਕਰ ਲੈਣ ਇੱਕ ਦਿਨ ਬਾਅਦ ਦੇਖਣ ਉਹਦੇ 'ਚ ਦਰਾੜਾਂ ਜਿਹੀਆਂ ਤਰੇੜਾਂ ਜਿਹੀਆਂ ਪੜ ਜਾਣਗੀਆਂ ਡਰਾਈ ਹੋ ਜੂਗਾ ਡਰਾਈ ਹੋ ਜੂਗਾ ਉਹਦੇ ਵਿੱਚ ਹੋਰ ਉਹ ਪਾ ਦੇਣ ਨੈਕਸਟ ਡੇ ਉਹਨੂੰ ਬੰਦ ਕਰ ਦੇਣ ਫਿਰ ਕੱਪੜਾ ਪਾ ਲੈਣ ਦੋ ਤਿੰਨ ਚਾਰ ਦਿਨ ਇਹ ਉਂਝੀ ਉਹ ਜਿਹੜਾ ਜਿਹੜਾ ਉਹ ਫਟਦਾ ਜਾਏ ਉਹਦੇ ਵਿੱਚ ਹੋਰ ਪਾਉਂਦੇ ਜਾਣ ਉਹਨੂੰ ਬੰਦ ਕਰ ਦੇਣ ਉਹ ਫਿਰ ਆਪਣੇ ਆਪ ਉੱਤਰ ਜਾਏਗਾ ਦੋ ਚਾਰ ਦਸ ਦਿਨਾਂ ਬਾਅਦ ਉਹ ਆਪਣੇ ਆਪ ਉੱਤਰ ਜਾਏਗਾ ਜਦੋਂ ਉੱਤਰ ਜਾਏਗਾ ਥੱਲੋਂ ਨਵੀਂ ਸਕਿਨ ਨਿਕਲੇਗੀ ਸ਼ਾਇਦ ਇੱਕ ਵਾਰੀ ਹੋਰ ਲਾਉਣਾ ਪਵੇ ਬਸ ਜਦੋਂ ਵੀ ਹੋਵੇ ਇਹ ਕਰ ਲਓ ਥੋੜੀ ਬਹੁਤ ਰੈਸ਼ ਹੁੰਦੀ ਹੈ ਵਿੰਟਰ ਦੇ ਵਿੱਚ ਕਈਆਂ ਨੂੰ ਸ਼ੁਰੂ ਹੋ ਜਾਂਦੀ ਹੈ ਰੈਸ਼ ਹੁਣ ਉਹਦੇ ਉੱਤੇ ਕਈ ਵਾਰ ਕਹਿੰਦੇ ਕਿ ਵੈਸਲੀਨ ਲਗਾ ਲਈ ਜਾਵੇ ਕੀ ਉਹ ਵੈਸਲੀਨ ਸਹੀ ਹੁੰਦੀ ਹੈ ਕਿਉਂਕਿ ਕਈ ਵਾਰ ਉਹ ਇੰਨੀ ਜ਼ਿਆਦਾ ਗਰੀਸੀ ਹੁੰਦੀ ਹੈ ਕਈਆਂ ਨੂੰ ਸੂਟ ਵੀ ਨਹੀਂ ਕਰਦੀ ਦੇਖੋ ਇਹ ਬਾਹਰੋਂ ਲਾਉਣ ਵਾਲਾ ਤੇ ਇੱਕ ਸੋਲੂਸ਼ਨ ਹੈ ਨਾ ਉਹ ਸੁਬਾਹ ਨੂੰ ਫੇਰ ਹੋ ਜਾਏਗਾ ਤੁਸੀਂ ਇੱਕ ਤੇ ਅੰਦਰੋਂ ਵਾਲੇ ਦੋ ਸੋਲੂਸ਼ਨ ਕਰੋ ਜਿਹੜੇ ਪਹਿਲੇ ਦੱਸੇ ਇੱਕ ਪਾਣੀ ਜੀ 6-7-8 ਗਲਾਸ ਪੀਆ ਕਰੋ 3-4 ਲੀਟਰ ਪਾਣੀ ਰੋਜ਼ ਪੀਆ ਕਰੋ ਔਰ ਅੱਛੇ ਵਾਲਾ ਪਾਣੀ ਜਿਹੜਾ ਅਸੀਂ ਅੱਗੇ ਡਿਸਕਸ ਕੀਤਾ ਹੋਇਆ ਉਹ ਮੇਰੇ ਸ਼ੋਅਜ਼ ਜਾ ਕੇ ਤੁਸੀਂ ਦੇਖ ਲਓ ਪਾਣੀ ਮੈਂ ਦੱਸਿਆ ਹੋਇਆ ਕਿ ਕਿਹੜਾ ਪਾਣੀ ਉਹ ਇੰਨੀ ਵਾਰੀ ਪਾਣੀ ਪਾਣੀ ਹੋ ਗਿਆ ਕਿ ਉਹ ਪਾਣੀ ਦਾ ਹੀ ਸ਼ੋਅ ਜ਼ਿਆਦਾ ਕੌਲ ਆਉਂਦੀਆਂ ਨੇ ਦੂਸਰੇ ਕੰਮਾਂ ਦੀਆਂ ਘੱਟ ਆਉਂਦੀਆਂ ਨੇ ਇੱਕ ਤਾਂ ਪਾਣੀ 3-4 ਲੀਟਰ ਪੀਓ ਦੂਸਰਾ ਕੋਲਾਜਨ ਆਪਣਾ ਪੂਰਾ ਕਰੋ ਉਹ ਡੈਫੀਨੇਟਲੀ ਸਾਰਿਆਂ 'ਚ ਘੱਟ ਹੁੰਦਾ ਵੈਸੇ ਤੁਹਾਡੇ 'ਚ ਘੱਟ ਨਹੀਂ ਲੱਗ ਰਿਹਾ ਇੱਕ ਏਜ ਤੱਕ ਉਹ ਬਾਡੀ ਬਣਾਉਂਦੀ ਰਹਿੰਦੀ ਹੈ ਉਸ ਏਜ ਤੋਂ ਬਾਅਦ ਉਹ ਬਾਡੀ ਪ੍ਰੋਡਿਊਸ ਨਹੀਂ ਕਰਦੀ ਕੋਲਾਜਨ ਅਤੇ ਕੋਲਾਜਨ ਪੂਰਾ ਕਰੋ ਤੀਸਰਾ ਅਗਰ ਤੁਸੀਂ ਦੇਖੋ ਤੁਹਾਡੇ ਡਾਈਜੈਸਟਿਵ ਸਿਸਟਮ 'ਚ ਕੋਈ ਪ੍ਰੋਬਲਮ ਹੈ ਅਤੇ ਉਹਨੂੰ ਇੰਪਰੂਵ ਕਰੋ ਲਾਈਕ ਤੁਸੀਂ ਗਰਮ ਚੀਜ਼ਾਂ ਜ਼ਿਆਦਾ ਖਾ ਰਹੇ ਹੋ ਅਗਰ ਗਰਮ ਚੀਜ਼ਾਂ ਖਾ ਰਹੇ ਹੋ ਉਹਨੂੰ ਬੈਲੈਂਸ ਕਰੋ ਠੰਡੀਆਂ ਨਾਲ ਐਵਰੇਜ ਕਰੋ ਉਹਨਾਂ ਨੂੰ ਅਗਰ ਠੰਡੀਆਂ ਬਹੁਤ ਖਾ ਰਹੇ ਹੋ ਤਾਂ ਤੁਹਾਡਾ ਬਾਡੀ ਟੈਂਪਰੇਚਰ ਲੋਅ ਰਹੇਗਾ ਤੁਹਾਡਾ ਬੀਪੀ ਲੋਅ ਰਹੇਗਾ ਅਤੇ ਉਹ ਵੀ ਵੀਕਨੈਸ ਰਹੇਗੀ ਉਹ ਵੀ ਅੱਛਾ ਨਹੀਂ ਤੁਸੀਂ ਬੈਲੈਂਸ ਕਰੋ ਚੀਜ਼ਾਂ ਇਸੇ ਤਰ੍ਹਾਂ ਤੁਹਾਨੂੰ ਮਿਲ ਜਾਣਗੀਆਂ ਘਰਦਿਆਂ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਗਰਮ ਤਾਸੀਰ ਹੈ ਕਿਹੜੀ ਚੀਜ਼ ਦੀ ਠੰਡੀ ਤਾਸੀਰ ਹੈ ਉਹ ਤੁਸੀਂ ਬੈਲੈਂਸ ਕਰੋ ਦੋ ਔਰ ਤੀਸਰਾ ਅਗਰ ਲਗਾਉਣਾ ਤਾਂ ਹਲਕਾ ਜਿਹਾ ਲੋਸ਼ਨ ਲਗਾ ਲਓ ਜੀ ਲੇਕਿਨ ਹਲਕਾ ਜਿਹਾ ਐਵੇਂ ਕੈਮੀਕਲਸ ਤੋਂ ਬਚੋ ਜਿੰਨਾ ਬਚ ਸਕਦੇ ਔਰਗੈਨਿਕ ਲਵੋ ਜੀ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆਈ ਕਿ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਹਦੀ ਤਾਸੀਰ ਗਰਮ ਹੈ ਕਿਹਦੀ ਠੰਡੀ ਹੈ ਫੋਨ ਕਰ ਲਓ ਸਮਟਾਈਮਸ ਕਿ ਜਿਵੇਂ ਆਈਸ ਆਈਸ ਨੂੰ ਕਹਿੰਦੇ ਆ ਨਾ ਜਦੋਂ ਤੁਸੀਂ ਹੱਥ ਲਗਾਉਂਦੇ ਆ ਉਦੋਂ ਤਾਂ ਬਹੁਤ ਠੰਡੀ ਪਰ ਉਹਦੀ ਤਾਸੀਰ ਗਰਮ ਹੁੰਦੀ ਹੈ ਸੋ ਇਹ ਤੁਹਾਨੂੰ ਸਾਨੂੰ ਸਮਝ ਲੈਣਾ ਚਾਹੀਦਾ ਕਿ ਕਈ ਵਾਰੀ ਦੇਖਣ ਨੂੰ ਕੋਈ ਚੀਜ਼ ਸਾਨੂੰ ਠੰਡੀ ਲੱਗਦੀ ਹੈ ਪਰ ਹੁੰਦੀ ਉਹ ਗਰਮ ਹੈ ਸੋ ਸਾਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਜ਼ੁਰਗਾਂ ਨੂੰ ਪੁੱਛ ਲੈਣਾ ਚਾਹੀਦਾ ਕਿ ਸਾਨੂੰ ਖਾਣਾ ਚਾਹੀਦਾ ਹੈ ਸੋ ਇਨਫੋਰਮੇਸ਼ਨ ਤੁਸੀਂ ਬਹੁਤ ਵਧੀਆ ਦੇ ਰਹੇ ਹੈਗੇ ਪਰ ਟਾਈਮ ਜਿਹੜਾ ਹੈ ਉਹ ਸਾਨੂੰ ਕਹਿ ਰਿਹਾ ਕਿ ਹੁਣ ਅਗਲੇ ਪ੍ਰੋਗਰਾਮ ਦੀ ਤਿਆਰੀ ਹੈ ਸੋ ਤੁਹਾਡੇ ਨਾਲ ਹੋਰ ਡਿਸੀਜ਼ ਦੇ ਉੱਤੇ ਵੀ ਗੱਲਬਾਤ ਹੋਵੇਗੀ ਮੈਸੇਜ ਕੀ ਆ ਜਾਂਦੇ ਜਾਂਦੇ ਤੁਹਾਡਾ ਮੈਸੇਜ ਮੈਂ ਹਰ ਦਫਾ ਇੱਕ ਮੈਸੇਜ ਦਿੰਦਾ ਅੱਜ ਕਿਹੜਾ ਮੈਸੇਜ ਦਈਏ ਜੀ ਇੱਕ ਬੜਾ ਅੱਛੀ ਗੱਲ ਮੇਰੇ ਜ਼ਿਹਨ 'ਚ ਆ ਰਹੀ ਹੈ ਜੀ ਕਿ ਅਕਸਰ ਅਸੀਂ ਲੋਕਾਂ ਨੂੰ ਕੋਈ ਕੰਮ ਕਹਿਣ ਲਈ ਕਰਨ ਲਈ ਕਹਿੰਦੇ ਹਾਂ ਉਹ ਨਾ ਕਰ ਸਕੇ ਤਾਂ ਫਿਰ ਅਸੀਂ ਉਹਦਾ ਬੁਰਾ ਮਨਾਉਂਦੇ ਹਾਂ ਅਸੀਂ ਕਹਿੰਦੇ ਹਾਂ ਇਹਨੇ ਮੇਰਾ ਕੰਮ ਨਹੀਂ ਕੀਤਾ ਤੁਸੀਂ ਕਿਸੇ ਨੂੰ ਉਹੀ ਕੰਮ ਕਹਿਣਾ ਜਿਹੜਾ ਤੁਸੀਂ ਆਪ ਕਰ ਸਕਦੇ ਹੋ ਅਤੇ ਜਿਹੜਾ ਤੁਸੀਂ ਕੰਮ ਆਪ ਕਰ ਸਕਦੇ ਹੋ ਕਿਸੇ ਨੂੰ ਕਦੇ ਲਈ ਕਹਿਣਾ ਅਤੇ ਬੈਟਰ ਹੈ ਕਿ ਐਕਸਪੈਕਟੇਸ਼ਨਸ ਨਾ ਰੱਖਿਆ ਕਰੋ ਜਦੋਂ ਤੁਹਾਡੀਆਂ ਐਕਸਪੈਕਟੇਸ਼ਨਸ ਟੁੱਟਦੀਆਂ ਨੇ ਉਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਉਦੋਂ ਤੁਸੀਂ ਦੂਸਰਿਆਂ ਨਾਲ ਰਿਲੇਸ਼ਨਸ ਖਰਾਬ ਕਰਦੇ ਹੋ ਤੁਸੀਂ ਕਹਿੰਦੇ ਹੋ ਮੇਰਾ ਉਹਨੇ ਇਹ ਕੰਮ ਨਹੀਂ ਕੀਤਾ ਐਕਸਪੈਕਟੇਸ਼ਨ ਜ਼ੀਰੋ ਕਰਦੇ ਹੋ ਬਿਲਕੁਲ ਕਿਸੇ ਤੋਂ ਕੋਈ ਚੀਜ਼ ਐਕਸਪੈਕਟ ਨਾ ਕਰੋ ਸਿਰਫ ਉੱਧਰ ਦੇਖੋ ਉਹਦੇ ਨਾਲ ਐਕਸਪੈਕਟ ਕਰਿਆ ਕਰੋ ਜਿਹੜੀ ਵੀ ਚੀਜ਼ ਕਰਨੀ ਹੈ ਉਹਦੇ ਨਾਲ ਕੰਟੈਕਟ ਕਰੋਗੇ ਉਹਨੂੰ ਕਹੋਗੇ ਤਾਂ ਉਹ ਕੰਮ ਹੋ ਜਾਏਗਾ ਉਹ ਮੈਨੂੰ ਜਾਂ ਉਹਨੂੰ ਦੂਸਰੇ ਤੀਸਰੇ ਨੂੰ ਕਹੋਗੇ ਤਾਂ ਚਾਂਸਿਸ ਆ ਕਿ ਨਾ ਹੋਵੇ ਨਾ ਹੋਵੇ ਅਤੇ ਜਦੋਂ ਐਕਸਪੈਕਟੇਸ਼ਨ ਟੁੱਟਦੀ ਹੈ ਫਿਰ ਦਿਲ ਟੁੱਟਦਾ ਤੇ ਦਿਲ ਟੁੱਟਦਾ ਤਾਂ ਫਿਰ ਬੜੇ ਨੁਕਸਾਨ ਹੁੰਦੇ ਵੈਰੀ ਨਾਈਸ ਮੈਸੇਜ ਡਾਕਟਰ ਸਾਹਿਬ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਦੇ ਹੋਪਫੁਲੀ ਕਿ ਨੈਕਸਟ ਟਾਈਮ ਫਿਰ ਤੋਂ ਗੱਲਬਾਤ ਹੋਵੇਗੀ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਚ ਬਾਏ ਬਾਏ ਬਿਲਕੁਲ ਡਾਕਟਰ ਮੁਰਤਜ਼ਾ ਦੇ ਨਾਲ ਗੱਲਬਾਤ ਹੋਈ ਜਿਨ੍ਹਾਂ ਨੇ ਦੱਸਿਆ ਕਿ ਸਕਿਨ ਡਿਸੀਜ਼ ਜੇ ਕਿਸੇ ਨੂੰ ਹੈਗੀਆਂ ਨੇ ਤਾਂ ਉਹਦੇ ਸੌਖੇ ਇਲਾਜ ਕੀ ਨੇ ਅਤੇ ਡਿਫਰੈਂਟ ਡਿਸੀਜ਼ ਦੇ ਲਈ ਡਿਫਰੈਂਟ ਦਵਾਈਆਂ ਵੀ ਦੱਸੀਆਂ ਨੇ ਪਰ ਇਹ ਜ਼ਰੂਰੀ ਨਹੀਂ ਕਿ ਤੁਹਾਡੀ ਸਕਿਨ ਡਿਸੀਜ਼ ਦੇ ਲਈ ਉਹ ਦਵਾਈਆਂ ਠੀਕ ਹੋਣ ਅਤੇ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਹਾਲਾਤ ਹੈਗੀ ਹੈ ਕਿਸ ਤਰ੍ਹਾਂ ਦੀ ਡਿਸੀਜ਼ ਤੁਹਾਨੂੰ ਹੈਗੀ ਹੈ ਉਹਦੇ ਲਈ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਕੰਟੈਕਟ ਨੰਬਰ ਇਹਨਾਂ ਦਾ 306-444
3444 ਹੈ ਸਕਰੀਨ ਦੇ ਉੱਤੇ ਵੀ ਆ ਰਿਹਾ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜੇ ਇਹਨਾਂ ਦੇ ਆਫਿਸ ਨੂੰ ਵਿਜ਼ਿਟ ਕਰਨਾ ਤੇ ਕੈਨੇਡੀਅਨ ਹੋਮੋਪੈਥਿਕ ਕਲੀਨਿਕ 153-24 ਐਵੀਨਿਊ ਵਾਈਟ ਰੌਕ ਦੇ ਵਿੱਚ ਹੈਗੇ ਨੇ ਕਾਲ ਕਰ ਸਕਦੇ ਹੋ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਪਰ ਹੁਣ ਵਿਜ਼ਿਟ ਜਿਹੜੀਆਂ ਨੇ ਉਹ ਤੁਸੀਂ ਉਦੋਂ ਹੀ ਕਰ ਸਕਦੇ ਹੋ ਇਹਨਾਂ ਦੇ ਨਾਲ ਅਪੁਆਇੰਟਮੈਂਟਸ ਬਣਾ ਕੇ ਜਾਂ ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ www.chclinic.ca ਦੇ ਉੱਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਨਫੋਰਮੇਸ਼ਨ ਤੁਹਾਡੇ ਤੱਕ ਇਸ ਤਰ੍ਹਾਂ ਪਹੁੰਚਾਉਂਦੇ ਰਹਾਂਗੇ ਦੇਖਦੇ ਰਹੋ ਸਾਂਝਾ ਟੀਵੀ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ